ਮੇਰਾ ਇੱਕ ਦਾਅਵਾ ਹੈ ਕਿ ਨਿਰੀ ਕਾਗਜ਼ਾਂ ਚ ਕੰਮ, ਇਹਨਾਂ ਕੋਲ ਪੈਸਾ ਹੀ ਹੈ ਨੀ, 2300 ਕਰੋੜ ਰੁਪਇਆ ਚਾਹੀਦਾ ਇਹਨਾਂ ਕੋਲ। ਅਮਰਿੰਦਰ ਸਰ, ਅਮਰਿੰਦਰ ਸਰ, ਜਿਸ ਤਰ੍ਹਾਂ ਬਾਕੀ ਝੂਠ ਦਾ ਪਲੰਦਾ ਲੋਕਾਂ ਨੂੰ ਇਹਨਾਂ ਨੇ, ਜਿਸ ਤਰ੍ਹਾਂ ਸਾਰੇ ਇੰਪਲੋਈਜ ਨੂੰ ਝੂਠ ਬੋਲਿਆ, ਕਿਸਾਨਾਂ ਨੂੰ ਬੋਲਿਆ, ਇਹ ਵੀ ਲੋਕਾਂ ਨੂੰ ਲਾਲ ਲਾਉਣ ਵਾਸਤੇ ਇੱਕ ਝੂਠ ਦਾ ਇੱਕ ਏਜੰਡਾ ਛੱਡਿਆ, ਉਹ ਵੀ ਮਹੀਨੇ ਦੋ ਮਹੀਨੇ ਤਿੰਨਾਂ ਤੁਹਾਨੂੰ ਨਜ਼ਰ ਆ ਜਾਏਗਾ। ਸਾਨੂੰ ਇਹਦੀ ਨਹੀਂ ਬਣਨੀ ਜੀ। ਸਾਰੇ ਜਿਹੜੇ ਇਰੀਗੇਸ਼ਨ ਦੇ ਟਾਪ ਆਫਿਸਰ ਨੇ ਉਹਨੇ ਮੈਨੂੰ ਆਪ ਦੱਸਿਆ ਕਿ ਬਾਜਵਾ ਸਾਹਿਬ ਪੋਸੀਬਲ ਹੀ ਹੈ ਨੀ, ਕਿਉਂਕਿ ਨਾ ਹੀ ਸੀਰੀਅਸ ਹੈ, ਨਾ ਜੇ ਡਰਾਇੰਗਸ ਬਣੀਆਂ ਨੇ, ਨਾ ਸਾਡੇ ਕੋਲ ਪੈਸਿਆਂ ਦਾ ਕੋਈ ਪ੍ਰਬੰਧ ਹੈ, ਐਨੀ ਕੋਈ ਸੌਖਾ ਕੰਮ ਤੇ ਹੈ ਨੀ। ਮੇਰਾ ਇੱਕ ਦਾਅਵਾ ਹੈ ਕਿ ਨਿਰੀ ਕਾਗਜ਼ਾਂ ਚ ਕੰਮ, ਇਹਨਾਂ ਕੋਲ ਪੈਸਾ ਹੀ ਹੈ ਨੀ, 2300 ਕਰੋੜ ਰੁਪਇਆ ਚਾਹੀਦਾ ਇਹਨਾਂ ਕੋਲ। ਅਮਰਿੰਦਰ ਸਰ, ਅਮਰਿੰਦਰ ਸਰ, ਜਿਸ ਤਰ੍ਹਾਂ ਬਾਕੀ ਝੂਠ ਦਾ ਪਲੰਦਾ ਲੋਕਾਂ ਨੂੰ ਇਹਨਾਂ ਨੇ, ਜਿਸ ਤਰ੍ਹਾਂ ਸਾਰੇ ਇੰਪਲੋਈਜ ਨੂੰ ਝੂਠ ਬੋਲਿਆ, ਕਿਸਾਨਾਂ ਨੂੰ ਬੋਲਿਆ, ਇਹ ਵੀ ਲੋਕਾਂ ਨੂੰ ਲਾਲ ਲਾਉਣ ਵਾਸਤੇ ਇੱਕ ਝੂਠ ਦਾ ਇੱਕ ਏਜੰਡਾ ਛੱਡਿਆ, ਉਹ ਵੀ ਮਹੀਨੇ ਦੋ ਮਹੀਨੇ ਤਿੰਨਾਂ ਤੁਹਾਨੂੰ ਨਜ਼ਰ ਆ ਜਾਏਗਾ। ਸਾਨੂੰ ਇਹਦੀ ਨਹੀਂ ਬਣਨੀ ਜੀ। ਸਾਰੇ ਜਿਹੜੇ ਇਰੀਗੇਸ਼ਨ ਦੇ ਟਾਪ ਆਫਿਸਰ ਨੇ ਉਹਨੇ ਮੈਨੂੰ ਆਪ ਦੱਸਿਆ ਕਿ ਬਾਜਵਾ ਸਾਹਿਬ ਪੋਸੀਬਲ ਹੀ ਹੈ ਨੀ, ਕਿਉਂਕਿ ਨਾ ਹੀ ਸੀਰੀਅਸ ਹੈ, ਨਾ ਜੇ ਡਰਾਇੰਗਸ ਬਣੀਆਂ ਨੇ, ਨਾ ਸਾਡੇ ਕੋਲ ਪੈਸਿਆਂ ਦਾ ਕੋਈ ਪ੍ਰਬੰਧ ਹੈ, ਐਨੀ ਕੋਈ ਸੌਖਾ ਕੰਮ ਤੇ ਹੈ ਨੀ। ਮੇਰਾ ਇੱਕ ਦਾਅਵਾ ਹੈ ਕਿ ਨਿਰੀ ਕਾਗਜ਼ਾਂ ਚ ਕੰਮ, ਇਹਨਾਂ ਕੋਲ ਪੈਸਾ ਹੀ ਹੈ ਨੀ, 2300 ਕਰੋੜ ਰੁਪਇਆ ਚਾਹੀਦਾ ਇਹਨਾਂ ਕੋਲ। ਅਮਰਿੰਦਰ ਸਰ, ਅਮਰਿੰਦਰ ਸਰ, ਮੇਰਾ ਜਿਸ ਤਰ੍ਹਾਂ ਬਾਕੀ ਝੂਠ ਦਾ ਪਲੰਦਾ ਲੋਕਾਂ ਨੂੰ ਇਹਨਾਂ ਨੇ, ਜਿਸ ਤਰ੍ਹਾਂ ਸਾਰੇ ਇੰਪਲੋਈਜ ਨੂੰ ਝੂਠ ਬੋਲਿਆ, ਕਿਸਾਨਾਂ ਨੂੰ ਬੋਲਿਆ, ਇਹ ਵੀ ਲੋਕਾਂ ਨੂੰ ਲਾਲ ਲਾਉਣ ਵਾਸਤੇ ਇੱਕ ਝੂਠ ਦਾ ਇੱਕ ਏਜੰਡਾ ਛੱਡਿਆ, ਉਹ ਵੀ ਮਹੀਨੇ ਦੋ ਮਹੀਨੇ ਤਿੰਨਾਂ ਤੁਹਾਨੂੰ ਨਜ਼ਰ ਆ ਜਾਏਗਾ। ਸਾਨੂੰ ਇਹਦੀ ਨਹੀਂ ਬਣਨੀ ਜੀ। ਸਾਰੇ ਜਿਹੜੇ ਇਰੀਗੇਸ਼ਨ ਦੇ ਟਾਪ ਆਫਿਸਰ ਨੇ ਉਹਨੇ ਮੈਨੂੰ ਆਪ ਦੱਸਿਆ ਕਿ ਬਾਜਵਾ ਸਾਹਿਬ ਪੋਸੀਬਲ ਹੀ ਹੈ ਨੀ, ਕਿਉਂਕਿ ਨਾ ਹੀ ਸੀਰੀਅਸ ਹੈ, ਨਾ ਜੇ ਡਰਾਇੰਗਸ ਬਣੀਆਂ ਨੇ, ਨਾ ਸਾਡੇ ਕੋਲ ਪੈਸਿਆਂ ਦਾ ਕੋਈ ਪ੍ਰਬੰਧ ਹੈ, ਐਨੀ ਕੋਈ ਸੌਖਾ ਕੰਮ ਤੇ ਹੈ ਨੀ। ਮੇਰਾ ਇੱਕ ਦਾਅਵਾ ਹੈ ਕਿ ਨਿਰੀ ਕਾਗਜ਼ਾਂ ਚ ਕੰਮ, ਇਹਨਾਂ ਕੋਲ ਪੈਸਾ ਹੀ ਹੈ ਨੀ, 2300 ਕਰੋੜ ਰੁਪਇਆ ਚਾਹੀਦਾ ਇਹਨਾਂ ਕੋਲ। ਅਮਰਿੰਦਰ ਸਰ, ਅਮਰਿੰਦਰ ਸਰ, ਮੇਰਾ ਜਿਸ ਤਰ੍ਹਾਂ ਬਾਕੀ ਝੂਠ ਦਾ ਪਲੰਦਾ ਲੋਕਾਂ ਨੂੰ ਇਹਨਾਂ ਨੇ, ਜਿਸ ਤਰ੍ਹਾਂ ਸਾਰੇ ਇੰਪਲੋਈਜ ਨੂੰ ਝੂਠ ਬੋਲਿਆ, ਕਿਸਾਨਾਂ ਨੂੰ ਬੋਲਿਆ, ਇਹ ਵੀ ਲੋਕਾਂ ਨੂੰ ਲਾਲ ਲਾਉਣ ਵਾਸਤੇ ਇੱਕ ਝੂਠ ਦਾ ਇੱਕ ਏਜੰਡਾ ਛੱਡਿਆ, ਉਹ ਵੀ ਮਹੀਨੇ ਦੋ ਮਹੀਨੇ ਤਿੰਨਾਂ ਤੁਹਾਨੂੰ ਨਜ਼ਰ ਆ ਜਾਏਗਾ। ਸਾਨੂੰ ਇਹਦੀ ਨਹੀਂ ਬਣਨੀ ਜੀ। ਸਾਰੇ ਜਿਹੜੇ ਇਰੀਗੇਸ਼ਨ ਦੇ ਟਾਪ ਆਫਿਸਰ ਨੇ ਉਹਨੇ ਮੈਨੂੰ ਆਪ ਦੱਸਿਆ ਕਿ ਬਾਜਵਾ ਸਾਹਿਬ ਪੋਸੀਬਲ ਹੀ ਹੈ ਨੀ, ਕਿਉਂਕਿ ਨਾ ਹੀ ਸੀਰੀਅਸ ਹੈ, ਨਾ ਜੇ ਡਰਾਇੰਗਸ ਬਣੀਆਂ ਨੇ, ਨਾ ਸਾਡੇ ਕੋਲ ਪੈਸਿਆਂ ਦਾ ਕੋਈ ਪ੍ਰਬੰਧ ਹੈ, ਐਨੀ ਕੋਈ ਸੌਖਾ ਕੰਮ ਤੇ ਹੈ ਨੀ। ਮੇਰਾ ਇੱਕ ਦਾਅਵਾ ਹੈ ਕਿ ਨਿਰੀ ਕਾਗਜ਼ਾਂ ਚ ਕੰਮ, ਇਹਨਾਂ ਕੋਲ ਪੈਸਾ ਹੀ ਹੈ ਨੀ, 2300 ਕਰੋੜ ਰੁਪਇਆ ਚਾਹੀਦਾ ਇਹਨਾਂ ਕੋਲ। ਅਮਰਿੰਦਰ ਸਰ, ਅਮਰਿੰਦਰ ਸਰ, ਮੇਰਾ ਜਿਸ ਤਰ੍ਹਾਂ ਬਾਕੀ ਝੂਠ ਦਾ ਪਲੰਦਾ ਲੋਕਾਂ ਨੂੰ ਇਹਨਾਂ ਨੇ, ਜਿਸ ਤਰ੍ਹਾਂ ਸਾਰੇ ਇੰਪਲੋਈਜ ਨੂੰ ਝੂਠ ਬੋਲਿਆ, ਕਿਸਾਨਾਂ ਨੂੰ ਬੋਲਿਆ, ਇਹ ਵੀ ਲੋਕਾਂ ਨੂੰ ਲਾਲ ਲਾਉਣ ਵਾਸਤੇ ਇੱਕ ਝੂਠ ਦਾ ਇੱਕ ਏਜੰਡਾ ਛੱਡਿਆ, ਉਹ ਵੀ ਮਹੀਨੇ ਦੋ ਮਹੀਨੇ ਤਿੰਨਾਂ ਤੁਹਾਨੂੰ ਨਜ਼ਰ ਆ ਜਾਏਗਾ। ਸਾਨੂੰ ਇਹਦੀ ਨਹੀਂ ਬਣਨੀ ਜੀ। ਸਾਰੇ ਜਿਹੜੇ ਇਰੀਗੇਸ਼ਨ ਦੇ ਟਾਪ ਆਫਿਸਰ ਨੇ ਉਹਨੇ ਮੈਨੂੰ ਆਪ ਦੱਸਿਆ ਕਿ ਬਾਜਵਾ ਸਾਹਿਬ ਪੋਸੀਬਲ ਹੀ ਹੈ ਨੀ, ਕਿਉਂਕਿ ਨਾ ਹੀ ਸੀਰੀਅਸ ਹੈ, ਨਾ ਜੇ ਡਰਾਇੰਗਸ ਬਣੀਆਂ ਨੇ, ਨਾ ਸਾਡੇ ਕੋਲ ਪੈਸਿਆਂ ਦਾ ਕੋਈ ਪ੍ਰਬੰਧ ਹੈ, ਐਨੀ ਕੋਈ ਸੌਖਾ ਕੰਮ ਤੇ ਹੈ ਨੀ ਜੀ।